ਮੇਰੇ ਪਰਿਵਾਰ ਦੇ ਸਦਰਸਿਓ ਨਮਸਕਾਰ ਮਨ ਕੀ ਬਾਤ ਦੇ ਅਗਸਤ ਐਪੀਸੋਡ ਚ ਤੁਹਾਡਾ ਇੱਕ ਬਾਰੀ ਫੀ ਮਤਾ ਮਤਾ ਸਵਾਗਤ ਹੈ ਮੈਗੀ ਯਾਦ ਨਹੀਂ ਪਉਂਦਾ ਜੇ ਕਦੇ ਐਸਾ ਹੋ ਆਉਗ ਜੇ ਸੌਣ ਮਹੀਨੇ ਚ ਦੋ ਦੋ ਬਾਰੀ ਮਨ ਕੀ ਬਾਤ ਦਾ ਕਾਰਕਰਮ ਹੋਆ ਪਰ ਇਸ ਬਾਰੀ ਐਸਾ ਗਿਆ ਹੋਆ ਕਰਤਾ ਹੈ ਸੌਣ ਯਾਨੀ ਮਹਾਸ਼ੇਵ ਦਾਮੀਨਾ ਉਤਸਵ ਤੇ ਉਲਾਸ ਦਾ ਮਹੀਨਾ ਚੰਦਰਯਾਨ ਦੀ ਇਸ ਸਫਲਤਾ ਨੇ ਉਤਸਵ ਦੇ ਇਸ ਮਾਹੌਲ 'ਦੀ ਕਈ ਗੁਣਾ ਵਧਾਈ ਹੋ ਰਿਹਾ ਹੈ। ਚੰ드ਰੀਆਨ 'ਦੀ ਚੰ드ਮਾ 'ਵਰ ਪੁੱਜੇ ਤਰ੍ਹਾਂ ਦਿਨੇ ਥਾਂ ਜ਼ਿਆਦਾ ਦਾ ਸਮਾਂ ਉਹ ਕਰਦਾ ਹੈ। ਇਹ ਸਫਲਤਾ ਇੰਨੀ ਵੱਡੀ ਹੈ ਜੇ ਇਸ ਦੀ ਜਿੰਨੀ ਵੀ ਚਰਚਾ ਕੀਤੀ ਜਾ ਉਹ ਘਟ ਹੈ। ਜਿਸ ਲਈ ਅੱਜ ਤੁਹਾਡੇ ਕਰਨੇ ਗੱਲ ਕਰਾ ਕਰਨਾ ਤਾਂ ਮੇਰੀ ਇੱਕ ਪੁਰਾਣੀ ਕਵਿਤਾ ਦੀਆਂ ਕੁਝ ਪੰਕਤੀਆਂ ਚੇਤਾਵਾ ਕਰਦੀਆਂ ਨੇ। ਆਸਮਾਨ 'ਮੇ ਸਿਰ ਉਠਾ ਕੇ ਘਨੇ ਬਾਦਲੋਂ ਕੋ ਚੀਰ ਕਰ ਰੋਸ਼ਨੀ ਦਾ ਸੰਕਲਪ ਲੇ अभी तो सूरज उगा है दृढ़ निश्चय के साथ चलकर हर मुश्किल को पार कर घोर अंधेरे को मिटाने अभी तो सूरज उगा है आसमान में सिर उठाकर घने बादलों को चीरकर अभी तो सूरज उगा है मेरे परिवारजनों तय अगस्त की भारत ने भारत के चंद्रयान ने यह साबित कर दिता है जिस संकल्प के किस सूरज चन्न ऊपर भी उगते हैं ਮਿਸ਼ਨ ਚੰਦਰਯਾਨ ਨਵੇਂ ਭਾਰਤ ਦੀ ਉਸ ਸਪਿਰਿਟ ਦਾ ਪ੍ਰਤੀਕ ਬਣ ਗਿਆ ਹੈ ਜੋ ਹਰ ਹਾਲ ਚ ਜਿੰਨਾ ਚਾਹੁੰਦਾ ਹੈ ਤੇ ਹਰ ਹਾਲ ਚ ਜਿੰਨਾ ਜਾਣਦਾ ਵੀ ਹੈ ਸਾਥੀਓ ਇਸ ਮਿਸ਼ਨ ਦਾ ਇੱਕ ਪੱਖ ਐਸਾ ਵੀ ਰਿਹਾ ਜਿਸ ਦੀ ਅੱਜ ਮੈਂ ਤੁਸੇ ਸਭਨੇ ਕਰਨਾ ਹੈ ਖਾਸ ਤੌਰ ਪਰ ਚਰਚਾ ਕਰਨਾ ਚਾਹਨਾ ਤੁਸੇ ਸਭਨੇ ਕੀ ਚੇਤਾ ਹੋਗ ਜੇ ਇਸ ਵਾਰੀ ਮੈਂ ਲਾਲ ਕਿਲੇ ਥਾਂ ਆਖਿਆ ਹੈ ਜੇ ਅਸੀਂ ਕੀ ਮਹਿਲਾਇਆਂ ਦੀ ਅਗਵਾਈ ਚ ਵਿਕਾਸ ਦੀ ਰਾਸ਼ਟਰੀ ਚਿੱਤਰ ਦੇ ਰੂਪ ਵਿੱਚ ਸਸ਼ਕਤ ਕਰਨਾ ਹੈ ਜਿੱਥੇ ਮਹਿਲਾ ਸ਼ਕਤੀ ਦਾ ਸਮਰਥ ਜੁੜ ਜਾਂਦਾ ਹੈ ਉਥੇ ਅਸੰਭਵ ਗੀ ਵੀ ਸੰਭਵ ਬਣਾਇਆ ਜਾ ਸਕਦਾ ਹੈ ਭਾਰਤ ਦਾ ਮਿਸ਼ਨ ਚੰ드ਰੀਆਨ ਮਹਿਲਾ ਸ਼ਕਤੀ ਦਾ ਵੀ ਜ਼ਿੰਦਾ ਉਦਾਹਰਣ ਹੈ ਇਸ ਪੂਰੇ ਮਿਸ਼ਨ ਚ ਮਤੀਆਂ ਸਾਰੀਆਂ ਮਹਿਲਾ ਵਿਗਿਆਨਿਕ ਤੇ ਇੰਜੀਨੀਅਰ ਸਿੱਧੇ ਤੌਰ ਪਰ ਜੁੜੀ ਹੋਈਆਂ ਹਨ ਉਹਨੇ ਬਖ ਭਖ ਸਿਸਟਮੇ ਦੇ ਪ੍ਰੋਜੈਕਟ ਡਾਇਰੈਕਟਰ ਪ੍ਰੋਜੈਕਟ ਮੈਨੇਜਰ ਐਸੀ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲੀਆਂ ਹਨ ਭਾਰਤ ਦੀਆਂ ਧੀਆਂ ਉਹਨਾਂ ਅਨੰਤ ਮੰਨੇ ਜਾਣਿਆ ਵਾਲੇ ਅੰਤਰਿਕਸ਼ 기 ਵੀ ਚੁਣੌਤੀ ਦਿਆ ਕਰਦੀਆਂ ਹਨ ਜਦੋਂ ਕਿਸੇ ਮੁਲਕ ਦੀਆਂ ਧੀਆਂ ਇੰਨੀਆਂ ਆकांक्षी ਹੋ ਜਾਣ ਤੇ ਉਸੇ ਉਸ ਦੇਸ਼ ਦੀ ਵਿਕਸਿਤ ਬਣਨੇ ਕੋਲਾਪਲਾ ਕੌਣ ਰੋਕ ਸਕਦਾ ਹੈ ਸਾਥੀਓ ਅਸੀਂ ਇੰਨੀ ਉੱਚੀ ਉਡਾਨ ਇਸਕਰੀ ਪੂਰੀ ਕੀਤੀ ਹੈ ਕਿ ਜੇ ਅੱਜ ਸਾਡੇ ਸੁੱਖ ਨੇ ਵੀ ਵਧਣ ਤੇ ਸਾਡੇ ਪ੍ਰਯਾਸ ਵੀ ਵਧਣ ਸਾਡੇ ਵਿਗਿਆਨਿਕਾਂ ਦੇ ਕੰਨ ਕੰਨ ਔਰ ਨੇ ਸੈਕਟਰੀ ਦੀ ਵੀ ਚੰਦਰਯਾਨ 3 ਦੀ ਸਫਲਤਾ 'ਚ ਮਤੀ अहम ਭੂਮਿਕਾ ਰਹੀ ਹੈ ਸਾਰੇ ਪਾਰਟਸ ਤੇ ਤਕਨੀਕੀ ਜ਼ਰੂਰਤਾਂ ਨੂੰ ਪੂਰਾ ਕਰਨੇ 'ਚ ਕਿੰਨੇ ਕੇ ਦੇਸ਼ਵਾਸੀਏ ਯੋਗਦਾਨ ਦਿੱਤਾ ਜਦੋਂ ਸਭਨੇ ਦਾ ਪ੍ਰਯਾਸ ਲੱਗਾ ਤਾਂ ਸਫਲਤਾ ਵੀ ਅਸਲ ਹੋ ਗਈ ਚੰਦਰਯਾਨ 3 ਦੀ ਇਹ ਸਭਨੇ ਕੋਲ ਵੱਡੀ ਸਫਲਤਾ ਹੈ ਮੈਂ ਕਾਮਨਾ ਕਰਨਾ ਜੀ ਅੱਗੇ ਵੀ ਸਾਡਾ ਸਪੇਸ ਸੈਕਟਰ ਸਭਨੇ ਦੀ ਕੋਸ਼ਿਸ਼ ਦੇ ਕੰਨ ਹੈ ਐਸੀਆਂ ਗਏ ਅਣਗਿਣਤ ਸਫਲਤਾ حاصل ਕਰੋਗ ਮੇਰੇ ਪਰਿਵਾਰ ਦੇ ਸਦਸਿਓ ਸਤੰਬਰ ਦਾ ਮਹੀਨਾ ਭਾਰਤ ਦੇ ਸਮਰਥ ਦਾ ਸਾਕਸ਼ੀ ਬਣਨ ਜਾ ਕਰਤਾ ਹੈ ਅਗਲੇ ਮਹੀਨੇ ਹੋਣਿਆਲੀ ਜੀ 20 ਲੀਡਰਸ ਸਮਿਟ ਲਈ ਭਾਰਤ ਪੂਰੀ ਚਾਲੀ ਤਿਆਰ ਹੈ ਇਸ ਆਯੋਜਨ ਚ ਇਸਾ ਲੈਣੇ ਲਈ 40 ਮੁਲਕਾਂ ਦੇ ਰਾਸ਼ਟਾਧਿਖਸ਼ ਤੇ ਨੇਕਾਂ ਗਲੋਬਲ ਆਰਗੇਨਾਈਜੇਸ਼ਨਸ ਰਾਜਧਾਨੀ ਦਿੱਲੀ ਚ ਆਉਣਿਆ ਲੈਣ जी20 शिखर सम्मेलन ਦੇ ਇਤਿਹਾਸ ਵਿੱਚ ਇਹ ਅਜੇ ਤੱਕ ਕਰਦੀ ਸਾਰੀ ਸ਼ਬ ਵੱਡੀ ਭਾਗੀਦਾਰੀ ਹੋਗ ਆਪਣੀ ਪ੍ਰੈਜ਼ੀਡੈਂਸੀ ਦੇ ਦੌਰਾਨ ਭਾਰਤ ਨੇ ਜੀ20 ਦੀ ਔਰ ਮਤਾ ਸਮਾਵੇਸ਼ੀ ਮੰਚ ਬਣਾਇਆ ਹੈ ਭਾਰਤ ਦੇ ਨਿਮੰਤਰਣ ਪਰ ਗਿਆ ਅਫਰੀਕਨ ਯੂਨੀਅਨ ਵੀ ਜੀ20 ਕਨੇ ਜੁੜੀ ਤੇ ਅਫਰੀਕਾ ਦੇ ਲੋਕਾਂ ਦੀ ਆਵਾਜ਼ ਦੁਨੀਆ ਦੇ ਇਸ ਅਹਿਮ ਪਲੇਟਫਾਰਮ ਤੱਕ ਪੁੱਜੀ ਸਾਥੀਓ ਪਿਛਲੇ ਬਰ ਹੈ ਬਾਲੀ ਚ ਭਾਰਤ ਕੀ ਜੀ20 ਦੀ ਅਧਿਖਸ਼ਤਾ ਮਿਲਨੇ ਪ੍ਰੰਤ ਉਹਨੇ ਤੋੜੀ ਇੰਨਾ ਕਿਸ਼ੂ ਹੈ ਜਿਹੜਾ ਅਸੀਂ ਕੀ ਗਰਵ ਕਰਨਾ ਪਰ ਹੀ ਦਿੰਦਾ ਹੈ ਦਿੱਲੀ ਦੇ ਵੱਡੇ ਵੱਡੇ ਕਾਰਜਕ੍ਰਮੇ ਦੀ ਪਰੰਪਰਾ ਤੋਂ ਅੱਢਦੀ ਹੋਈ ਅਸੀਂ ਇਸ ਕੀ ਦੇਸ਼ ਤੇ ਬਖ ਬਖ ਸ਼ਹਿਰ ਚ ਲਈਏ ਇਸ ਕੰਨ ਹੈ ਜੁੜੀ ਦੀ ਤਕਰੀਬਨ 200 ਬੈਠਕਾਂ ਦਾ ਆਯੋਜਨ ਦੇਸ਼ਾ ਦੇ 60 ਸ਼ਹਿਰਾਂ ਚ ਕੀਤਾ ਗਿਆ ਜੀ 20 ਦੇ ਡੈਲੀਗੇਟ ਜਿੱਥੇ ਵੀ ਗਏ ਲੋਕੀਂ ਦਾ ਗਰਮ ਜੋਸ਼ੀ ਕਨੇ ਸਵਾਗਤ ਕੀਤਾ ਸਾਰੇ ਮੁਲਕ ਦੀ ਵਿਵਿਧਤਾ ਤੇ ਸਾਡੇ ਜੀਵੰਤ ਲੋਕਤੰਤਰ ਦੀ ਦਿੱਖੀ ਇਹ প্রতিনিধি ਬੜੇ ਮਤੇ ਪ੍ਰਭਾਵਿਤ ਹੋਏ। ਉਹਨੇ ਕੀ ਇਹ ਵੀ ਅਹਿਸਾਸ ਹੋਈ ਗਿਆ ਜੇ ਭਾਰਤ ਚ ਕਿੰਨੀਆਂ ਹਰੀਆਂ ਸੰਭਾਵਨਾ ਹਨ। ਸਾਥੀਓ G20 ਦੀ ਸਾਡੀ ਪ੍ਰੈਜ਼ੀਡੈਂਸੀ ਪੀਪਲਸ ਪ੍ਰੈਜ਼ੀਡੈਂਸੀ ਹੈ ਜਿਸ ਵਿੱਚ ਜਨਪਾਗੀਦਾਰੀ ਦੀ ਸੰਭਾਵਨਾ ਸਭਨੇਸ਼ਾ ਅਗੈ। G20 ਦੇ ਜਿਹੜੇ 11 ਅੰਗੇਜਮੈਂਟ ਗਰੁੱਪਸ ਹੈ ਉਹਦੇ ਚ ਅਕਾਦਮੀਆ ਸਿਵਲ ਸੁਸਾਇਟੀ ਯੁਵਾ ਮਹਿਲਾ ਸਾਂਦੇ ਸਸਦ ਉਦਮੀ ਤੇ ਸ਼ਹਿਰੀ ਪ੍ਰਸ਼ਾਸਨ ਕਰਨੇ ਜੁੜੇ ਲੋਕਾਂ ਐਮ ਭੂਮਿਕਾ ਨਿਭਾਈ ਇਸ ਸਰਬੰਧਾ ਚ ਪੂਰੇ ਮੁਲਖਾ ਚ ਜਿਹੜੇ ਆਯੋਜਨਵਾ ਕਰਦੇ ਨੇ ਉਹਦੇ ਕੰਨੇ ਕੁਸੇ ਨਾ ਕੁਸੇ ਚਾਲੀ 1.5 ਕਰੋੜ ਸ਼ਾ ਮਤੇ ਲੋਕ ਜੁੜੇ ਨੇ ਜਨਪਾਗੀ داری ਵਾਲੀ ਸਾਡੀ ਇਸ ਕੋਸ਼ਿਸ਼ ਚ ਇੱਕ ਗਏ ਨਹੀਂ ਬਲਕਿ ਦੋ ਦੋ ਵਿਸ਼ਵ ਰਿਕਾਰਡ ਵੀ ਬਣਾਏ ਗਏ ਨੇ ਵਾਰਾਨਸੀ ਚ ਆਯੋਜਿਤ ਜੀ20 ਕੁਇਜ਼ ਚ 800 ਸਕੂਲਾਂ ਦੇ 2.5 ਲੱਖ ਵਿਦਿਆਰਥੀਆਂ ਦੀ ਇਸੇਦਾਰੀ ਇੱਕ ਨਵਾਂ ਵਿਸ਼ਵ ਰਿਕਾਰਡ ਬਣੀ ਗਿਆ ਉੱਥੇ ਗਏ ਲੰਬਾਨੀ ਕਾਰੀਗਰਾਂ ਵੀ ਕਮਾਲ ਕਰ ਦਿਤਾ 450 ਕਾਰੀਗਰਾਂ ਲਗਭਗ 1800 ਯੂਨਿਕ ਪੈਚਸ ਦਾ ਅਦਭੁਤ ਸੰਗ੍ਰਹਿ ਬਣਾਈ ਹੈ ਆਪਣੇ ਹੁਨਰ ਤੇ ਕਾਰੀਗਰੀ ਦਾ ਪ੍ਰਦਰਸ਼ਨ ਕੀਤਾ ਜੀ20 ਚਾਹ ਦੇ ਸਭ ਪ੍ਰਤਿਨਿਧੀ ਸਾড়ে ਮੁਲਕ ਦੀ ਕਲਾਤਮਕ ਵਿਵਿਦਤਾ ਦੀ ਦਿੱਖੀ ਆਣ ਹੋਏ ਐਸਾ ਕਿ ਇੱਕ ਸ਼ਾਨਦਾਰ ਕਾਰਜਕ੍ਰਮ ਸੂਰਤ ਚ ਆਯੋਜਿਤ ਕੀਤਾ ਗਿਆ ਉੱਥੇ ਆਯੋਜਿਤ ਇਸ ਸਾੜੀ ਵਾਖਥਾਂ ਚ 15 ਰਾਜੇ ਥਾ 15000 ਮਹਿਲਾਏ ਇਸ ਹਾਲੇਤਾ ਇਸ ਕਾਰਜਕ੍ਰਮ ਥਾ ਸੂਰਤ ਦੇ ਕਪੜਾ ਉਦਯੋਗੀ ਤੇ ਬੜਾਵਾ ਮਿਲਿਆ ਗਿਆ ਵੋਕਲ ਫਾਰ ਲੋਕਲ ਕੀ ਵੀ ਬੜਾਵਾ ਥੋਆ ਤੇ ਲੋਕਲ ਕੀ ਗਲੋਬਲ ਹੋਣ ਦਾ ਰਸਤਾ ਵੀ ਬਣਿਆ ਸ਼੍ਰੀਨਗਰ ਚ ਜੀ 20 ਦੀ ਬੈਠਕ ਦੇ ਬਾਅਦ ਕਸ਼ਮੀਰ ਦੇ ਸਲਾਨੀਏ ਦੀ ਗਿਣਤੀ ਚ ਬੜਾ ਮਤਾ ਇਜ਼ਾਫਾ ਦਿਖਣੇ ਮਿਲਿਆ ਕਰਦਾ ਹੈ ਮੈਂ ਸਾਰੇ ਦੇਸ਼ ਵਾਸੀਆਂ ਯਾਹਗਾ ਜੇ ਆਓ ਅਸ ਮਿਲੀ ਹੈ ਜੀ 20 ਸੰਮੇਲਨ ਕੀ ਸਫਲ ਬਣਾ ਚਾਹ ਦੇਸ਼ ਦਾ ਮਾਣ ਬਦਾ ਚਾਹ ਮੇਰੇ ਪਰਿਵਾਰ ਦੇ ਸਦਸਿਓ ਮਨ ਕੀ ਬਾਤ ਦੇ ਐਪੀਸੋਡ ਚ ਅਸ ਆਪਣੀ ਯੁਵਾ ਪੀੜੀ ਦੀ ਸਮਰੱਥਾ ਦੀ ਚਰਚਾ ਅਕਸਰ ਕਰਦੇ ਰਹਿੰਦੇ ਆ ਅੱਜ ਖੇਡ ਕੂਦ ਇੱਕ ਐਸਾ ਖੇਤਰ ਹੈ ਜਿੱਥੇ ਸਾਡੇ ਯੁਵਾ ਲਗਾਤਾਰ ਨਵੀਆਂ ਕਾਮਯਾਬੀਆਂ ਹਾਸਲ ਕਰਾ ਕਰਦੇ ਨੇ ਮੈਂ ਅੱਜ ਮਨ ਕੀ ਬਾਤ ਚ ਇੱਕ ਐਸੀ ਟੂਰਨਾਮੈਂਟ ਦੀ ਗੱਲ ਕਰਾਂਗ ਜਿੱਥੇ ਆਹਲ ਚ ਗਏ ਸਾਡੇ ਖਿਡਾਰੀਏ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ ਕਿਸ਼ਕ ਦਿਨ ਪਹਿਲਾਂ ਚੀਨ ਚ ਵਰਲਡ ਯੂਨੀਵਰਸਿਟੀ ਗੇਮਸ ਹੋਈਆਂ ਇਨੇ ਖੇਡੇ ਚ ਇਸ ਵਾਰੀ ਭਾਰਤ ਦਾ ਅਜੇ ਤੱਕ ਦਾ ਸਭਨੇਸ਼ਾ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ ਸਾਡੇ ਖਿਡਾਰੀਏ ਕੁੱਲ 26 ਤਗਮੇ ਜਿੱਤੇ ਜਿੰਦੇ ਚਾਹ 11 ਸੋਨੇ ਦੇ ਤਗਮੇ ਹੈ यह जानिए खरा लगोग जे उन्नीस सौ नाठा ले हून तकर जनिया भी वर्ल्ड यूनिवर्सिटी गेम्स हो उ तगमे की जोड़ी दे तिनतरी ठारह तकर पुजी है इन्ने दहाकें चड़े ठारां जबकि इस बारी से खड़ार छब्बीस तगमे जीती लेते इस कर वर्ल्ड यूनिवर्सिटी गेम्स च तगमे जीतनेश युवा खड़ारी विद्यार्थी इस बेलै फोन लाइन पर मेरे कुड़े हैं ਮੈਂ ਸਬਨੇਸ਼ਾ ਪਹਿਲਾ ਇਹਦੇ ਬਾਰੇ ਤੁਸੀਂ ਕਿ ਦੱਸਿ ਦਿਆ ਯੂਪੀ ਦੀ ਰੌਣੇ ਵਾਲੀ ਪ੍ਰਗਤੀ ਨੇ ਤੀਰਅੰਦਾਜ਼ੀ ਚ ਤਗਮਾ ਜਿੱਤਿਆ ਹੈ ਅਸਮ ਦੇ ਰੌਣੇ ਵਾਲੇ ਅਮਲਾਨ ਨੇ ਐਥਲੈਟਿਕਸ ਚ ਤਗਮਾ ਜਿੱਤਿਆ ਹੈ ਯੂਪੀ ਦੀ ਰੌਣੇ ਵਾਲੀ ਪ੍ਰਿਯੰਕਾ ਨੇ ਰੇਸ ਵਾਕ ਚ ਤਗਮਾ ਜਿੱਤਿਆ ਹੈ ਮਹਾਰਾਸ਼ਟਰ ਦੀ ਰੌਣੇ ਵਾਲੀ ਅਭਿਦਨਿਆ ਨੇ ਨਿਸ਼ਾਨੇਬਾਜ਼ੀ ਚ ਤਗਮਾ ਜਿੱਤਿਆ ਹੈ ਮੇਰੇ ਪਿਆਰੇ ਯੁਵਾ ਖਿਡਾਰੀਓ ਨਮਸਕਾਰ ਨਮਸਤੇ ਸਰ ਮੀਗੀ ਤੁੰਦੇ ਕੰਨੇ ਗੱਲ ਕਰੀਏ ਬੜਾ ਖਰਾ ਲੱਗਾ ਕਰਦਾ ਮੈਂ ਸਬਨੇਸ਼ਾ ਪਹਿਲਾ ਭਾਰਤ ਦੀ ਯੂਨੀਵਰਸਿਟੀ ਚ ਚੁਣੀ ਗਈ ਦੀ ਟੀਮ ਤੁਸੀਂ ਲੋਕਾਂ ਜਿਹੜਾ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਇਸ ਕਰੀਏ ਮੈਂ ਤੁਸੇ ਸਭਨੇ ਕੀ ਬਧਾਈ ਦਿੰਦਾ ਤੁਸੀਂ ਵਰਲਡ ਯੂਨੀਵਰਸਿਟੀ ਗੇਮਸ ਚ ਆਪਣੇ ਪ੍ਰਦਰਸ਼ਨ ਕਰਨਾ ਹਰ ਦੇਸ਼ ਵਾਸੀ ਦਾ ਸਿਰ ਗਰਵ ਕਰਨਾ ਉੱਚਾ ਕਰ ਦਿੱਤਾ ਹੈ ਤਾਂ ਸਭਨੇ ਸਭ ਪਹਿਲਾ ਤੇ ਮੈਂ ਤੁਸੇ ਕੀ ਮਤੀ ਮਤੀ ਬਧਾਈ ਦਿੰਦਾ ਪ੍ਰਗਤੀ ਮੈਂ ਇਸ ਗੱਲਬਾਤ ਦੀ ਸ਼ੁਰੂਆਤ ਤੁੰਦੇ ਥਮਾ ਕਰਾ ਕਰਨਾ तो सभी दसो जे दो तगम जितने परन्त इत गई हाँ उस क्या यह सोचा ते इन्नी बड़ी जित हासिल की महसूस किया बड़ा गर्व महसूस करा करी में इन्ना खरा लग करता है कि अपने मुल्क का झंडा इन्ना उच्चा लहराइए आई हाँ जी बार ठीक है सुन्ने के मुकाबले पुजे है उसकी हारी गई बसोस हो कराँ पर दु बारी यह दमाग ज ਇਸ ਦੀ ਏਹ ਨਹੀਂ ਜਾਣ ਦੇਣਾ ਇਸ ਯਾਰ ਆਲ ਜਿਸ ਸਭਨੇਸ਼ਾ ਉੱਚਾ ਲਹਿਰਾਈ ਗਿਆ ਹੋਣਾ ਜਿਸਲੇ ਆਸ ਮੁਕਾਬਲੇ ਕੀ ਅਖੀਰੇ ਚ ਜਿੱਤੇ ਹੈ ਤਾਂ ਉਹ ਪੋਡੀਅਮ ਪਰ ਅਸਾਂ ਲੋਕਾਂ ਨੇ ਬੜਾ ਖਰੀ ਚਾਲੀ ਜਸ਼ਨ ਮਨਾਇਆ ਹਾ ਉਹ ਪਲ ਬੜਾ ਅੱਛਾ ਹਾ ਇਨਾ ਗਰਵ ਮਹਿਸੂਸ ਹੋਆ ਕਰਦਾ ਹਾ ਜੇ ਮਤਲਬ ਸਾਬ ਨਹੀਂ ਹਾਉਦਾ ਪ੍ਰਗਤੀ ਤੁਸੀਂ ਕੀਤੇ ਸ਼ਰੀਰਿਕ ਤੌਰ ਪਰ ਬੜੀ ਸਮੱਸਿਆ ਆਈਆਂ ਹੀ ਆ ਉਹਦੇ ਚ ਉਭਰੀਆਂ ਆ ਇਹ ਆਪਣੇ ਆਪ ਵਿੱਚ ਦੇਸ਼ ਦੇ ਨੌਜਵਾਨੇ ਲਈ ਬੜੀ ਪ੍ਰੇਰਨਾ ਦੇਣ ਵਾਲਾ ਹੈ ਕਿ ਉਹ ਹਾ ਤੁਸੀਂ ਕੀ ਸਰ 5 ਮਈ 2020 ਚ ਮਿਗੀ ਸਰ ਬ੍ਰੇਨ ਐਮਰਜੂ ਆਹਾ ਮੈਂ ਵੈਂਟੀਲੇਟਰ ਪਰ ਹੀ ਕਿਸ਼ ਪੱਕਾ ਨਹੀਂ ਅਜੇ ਬਚ ਗਈ ਜਾਂ ਨਹੀਂ ਤੇ ਬਚ ਗਈ ਤਾਂ ਕਿਹਾਂ ਬਚ ਗਈ ਪਰ ਇੰਨਾ ਹ ਜਿਆਂ ਮਿਗੀ ਅੰਦਰ ਥਮ ਹਿੰਮਤ ਹੀ ਜਿਵੇਂ ਜਾਣਾ ਹੈ ਵਾਪਸ ਮੈਦਾਨ ਪਰ ਖੜੇ ਹੋਣਾ ਹੈ ਤੀਰ ਚਲਾਣੇ ਮਿਗੀ ਮੇਰੀ ਜ਼ਿੰਦਗੀ ਬਚਾਈ ਏ ਤੇ ਸਬਨੇ ਸ਼ਾ ਬੱਡਾ ਅੱਥ ਭਗਵਾਨ ਦਾ ਉਹਦੇ ਪਰੇੰਤ ਡਾਕਟਰ ਦਾ ਪੀ ਤੀਰੰਦਾਜ਼ੀ ਦਾ ਸੜੇ ਕਨੇ ਅਮਲਾਨ ਵੀ ਐ ਅਮਲਾਨ ਬਿੰਦਦਸੋ ਤੁੰਦੀ ਐਥਲੈਟਿਕਸ ਦੇ ਪ੍ਰਤੀ ਇੰਨੀ ਮਤੀ ਦਿਲਚਸਪੀ ਕਿਹਾਂ ਵਿਕਸਤ ਹੋਈ ਜੀ ਨਮਸਕਾਰ ਸਰ ਨਮਸਕਾਰ ਨਮਸਕਾਰ ਸਰ ਐਥਲੈਟਿਕਸ ਦੇ ਪ੍ਰਤੀ ਤੇ ਪਹਿਲੇ ਉਨੀ ਦਿਲਚਸਪੀ ਨਹੀਂ ਪਹਿਲੇ ਅਸਲ ਫੁੱਟਬਾਲ ਚ ਹੇ ਮਤੇ ਪਰ ਜਿੰਝ ਜੀਆਂ ਮੇਰੇ ਭਰਾ ਦਾ ਇੱਕ ਦੋਸਤ ਹੈ ਤਾਂ ਉਹਨੇ ਮਿਗੀ ਆਖਿਆ ਜੇ ਅਮਲਾਨ ਤੁਸੀਂਗੀ ਐਥਲੈਟਿਕਸ ਚ ਮੁਕਾਬਲੇਬਾਜ਼ੀ ਚ ਜਾਣਾ ਚਾਹੀਦਾ ਤਾਂ ਮੈਂ ਸੋਚਿਆ ਚਲੋ ਠੀਕ ਹੈ ਤਾਂ ਪਹਿਲਾ ਜਿਸਲੇ ਮੈਂ ਸਟੇਟ ਮੀਟ ਖੇਡਿਆ ਤਾਂ ਮੈਂ ਆ ਰਿਹਾ ਉਹਦੇ ਚ ਤਾਂ ਆਰਮਿਗੀ ਖਰੀ ਨਹੀਂ ਲੱਗੀ ਤਾਂ ਇਆਂ ਕਰਦੇ ਕਰਦੇ ਮੈਂ ਐਥਲੈਟਿਕਸ ਚਾਈਆ ਫੀ ਇਆਂ ਗਿਆ ਬੱਲੇ ਬੱਲੇ ਉਹਨੇ ਨੰਦ ਆਉਣ ਲਈ ਪਿਆ ਤਾਂ ਇਆਂ ਗਿਆ ਮੇਰੀ ਦਿਲਚਸਪੀ ਵਧੀ ਗਈ ਅਮਲਾਨ ਵੀ ਦੱਸੋ ਮਤਾਂ ਸਾਰਾ ਅਭਿਆਸ ਕਿਥੇ ਕੀਤਾ ਜ਼ਿਆਦਾਤਰ ਮੈਂ ਹਦਰਾਬਾਦ ਚ ਅਭਿਆਸ ਕੀਤਾ ਸਾਈ ਰੈਡੀ ਸਰੂ ਦੀ ਦੀ ਕ੍ਰਿਕਟ ਫੀ ਉਹਦੇ ਪਰੰਤ ਭੁਵਨੇਸ਼ਵਰ ਚ ਸ਼ਿਫਟ ਹੋਈ ਗਿਆ ਤਾਂ ਉਧਰੋਂ ਮੇਰਾ ਪੇਸ਼ੇਵਰ ਤੌਰ ਪਰ ਸ਼ੁਰੂ ਹੋਆ ਸਰ ਅੱਛਾ ਸਾਡੇ ਕਨੇ ਪ੍ਰਿਯੰਕਾ ਵੀ ਆਣ ਪ੍ਰਿੰਕਾ ਤੁਸੀਂ 20 ਕਿਲੋਮੀਟਰ ਰੇਸ ਵਾਕ ਟੀਮ ਦੀਆਂ ਇਸਾਈਆਂ ਸਾਰਾ ਮੁਲਕ ਅੱਜ ਤੁਸੇਂਗੀ ਸੁਣਾ ਕਰਦਾ ਤੇ ਉਹ ਇਸ ਖੇਡ ਦੇ ਬਾਰੇ ਚ ਜਾਣਨਾ ਚਾਹੁੰਦੇ ਨਾ ਤੁਸੀਂ ਇਹ ਦੱਸੋ ਜੇ ਇਹਦੇ ਆਸਤੇ ਕਿਸ ਚਾਲੀ ਦੇ ਹਨਰ ਦੀ ਲੋੜ ਹੁੰਦੀ ਹੈ ਤੇ ਤੁੰਦਾ ਕੈਰੀਅਰ ਕੁੱਥੂਆਂ ਕੁੱਥੂਆਂ ਕੁੱਥੇ ਪੁੱਜਾ ਮੇਰੇ ਇਸ ਨਈ ਵੈਂਚਰ ਮਤਲਬ ਬੜਾ ਓਖਾ ਹੈ ਕਿ ਜੇ 55 ਜਜ ਖੜੇ ਹੁੰਦੇ ਨਾ ਜੇਕਰ ਅਸੀਂ ਦੌੜੀ ਵੀ ਲੈਤਾ ਤਾਂ ਵੀ ਉਹ ਸੰਗੀ ਕੱਢੀ ਦੇੰਗਣ ਜਾਂ ਫੇ ਬਿੰਦ ਰੋੜ ਥਮਾ ਜੇਕਰ ਰਸ ਉੱਠੀ ਜੰਨਿਆ ਛਾਲ ਮਾਰੀ ਦਿੰਨੇ ਤਾਂ ਵੀ ਉਹ ਸੰਗੀ ਕੱਢੀ ਦਿੰਦੇ ਨੇ ਯਾ ਵੀ ਅਸੀਂ ਗੋਡਾ ਬੈਂਡ ਕੀਤਾ ਤਾਂ ਵੀ ਅਸੀਂ ਇੱਕ ਕੱਢੀ ਦਿੰਦੇ ਨ ਤੇ ਮਿਗੀ ਤੇ ਦਾਊ ਚੇਤਾਵਨੀਆਂ ਵੀ ਮਿਲੀ ਗਈਆਂ ਹੀਆਂ ਉਹਦੇ ਪ੍ਰੰਤ ਮੈਂ ਆਪਣੀ ਰਫਤਾਰ ਪਰ ਇੰਨਾ ਨਿਯੰਤਰਣ ਕੀਤਾ ਕਿ ਕੁਤੇ ਨਾ ਕੁਤੇ ਮੈਂ ਟੀਮ ਮੈਡਲ ਤੇ ਕੱਟੂ-ਕੱਟਿth ਹਾਂ ਜਿੰਨਾ ਗਏ ਕਿ ਜੇ ਅਸ ਮੁਲਕ ਲਈ ਇੱਥੇ ਆਏ ਆ ਤੇ ਅਸੀਂ ਖਾਲੀ ਹੱਥੇ ਦਰਾ ਜਾਣਾ ਨਹੀਂ ਹੈ ਜੀ ਤੇ ਪਿਤਾ ਜੀ ਭਰਾ ਵਗੈਰਾ ਸਭ ਠੀਕ ਨੇ हां जी सर सब बढ़िया मैं ते सबने की दसनियां जे तुस मतलब इना प्रेरित करदे हो असें लोगेंगी सच्चे सर बड़ा खरा ਲੱਗਾ ਕਰਦਾ ਹੈ ਕਿ ਜੇ ਵਰਲਡ ਯੂਨੀਵਰਸਿਟੀ ਜਨੇ ਖੇਡ ਗਈ ਪਰਚ ਇਨਾ ਪੁੱਛਿਆ ਵੀ ਨਹੀਂ ਜਾਂਦਾ ਪਰ ਉਹਨ ਇਨਾ ਸਮਰਥਨ ਮਿਲੇ ਕਰਦਾ ਹੈ ਨਾ ਸਰ ਇਸ ਖੇਡ ਚ ਵੀ ਮਤਲਬ ਅਸ ਟਵੀਟ ਵੀ ਦਿਖੇ ਕਰਨਿਆ ਜੇ ਅਰ ਕੋਈ ਟਵੀਟ ਕਰਾ ਕਰਦਾ ਹੈ ਜੇ ਅਸੀਂ ਇਨੇ ਤੱਕ ਮੇ ਜੀਤੇ ਨ ਤਾਂ ਬੜਾ ਖਰਾ ਲੱਗਾ ਕਰਦਾ ਹੈ ਜੇ 올림픽 사ਲਾ ਲੇਖਾ ਇਸ ਕੀ ਵੀ ਇਨਾ ਬੜਾਵਾ ਮਿਲਾ ਕਰਦਾ ਹੈ चलो प्रियंका मेरी तरफ़ा बधाई है तुसें तो बड़ा ना रोशन किया है आओ अस अभिधन्य गल करने आ। नमस्ते सर। दसो अपने च सर मैं प्रॉपर कोलापुर महाराष्ट्र थमा निशानेबाजी पजी मीटर पिस्टल पिस्तल दस मीटर एयर पिस्टल दमें इवेंट आ। मेरे माता पिता दमें एक स्कूल टीचर न, ता मैं दो हजार पंद्रह निशानेबाजी शुरू की ਜਿਸਲੇ ਮੈਂ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਉਸਲੇ ਉੱਥੇ ਕੋਲਾਪੁਰ ਚ 19 ਸੁਵਿਧਾ ਨਹੀਂ ਮਿਲਦੀਆਂ ਹੀਆਂ ਬਸ ਰਾਂ ਯਾਤਰਾ ਕਰੀਏ ਬੜਗਾਮ ਤੋਂ ਕੋਲਾਪੁਰ ਜਾਣ ਲਈ ਡੇਢ ਘੰਟਾ ਲੱਗਦਾ ਤਾਂ ਵਾਪਸ ਆਉਣ ਲਈ ਡੇਢ ਘੰਟਾ ਤੇ 4 ਘੰਟੇ ਦੀ ਸਖਲਾਈ ਤਾਂ ਇਆਂ 6-7 ਘੰਟੇ ਆਉਣੇ ਜਾਣੇ ਚ ਤੇ ਸਖਲਾਈ ਚ ਜਾਂਦੇ ਹੇ ਤਾਂ ਮੇਰਾ ਸਕੂਲ ਵੀ ਖੁੰਝੀ ਜਾਂਦਾ ਹਾ ਤਾਂ ਪੀ ਮਾਤਾ ਪਿਤਾ ਔਰਾਂ ਬੋਲਿਆ ਜੇ ਪੁੱਤਰ ਇੱਕ ਕੰਮ ਕਰੋ ਅੱਜ ਤੋਂ ਸਿੰਘੀ ਸ਼ਨੀਵਾਰਾਂ ਤੇ ਐਤਵਾਰਾਂ ਲਈਏ ਜਾਗੇ ਸ਼ੂਟਿੰਗ ਰੇਂਜ ਲਈ ਤੇ ਬਾਕੀ ਸਮੇਂ ਤੁਸੀਂ ਦੁਨੀਆਂ ਖੇਡਾਂ ਖੇਡੋ ਤਾ ਮੈਂ ਬੜੀ ਸਾਰੀ ਖੇਡਾਂ ਖੇੜਦੀ ਸੀ ਬਚਪਨ ਚ ਕਿ ਜੇ ਮੇਰੇ ਮਾਤਾ ਪਿਤਾ ਦੋਨੋਂ ਦੀ ਖੇਡਾਂ 'ਚ ਬੜੀ ਦਿਲਚਸਪੀ ਸੀ ਪਰ ਉਹ ਕਿਸ ਨਹੀਂ ਕਰੀ ਪਾਏ ਮਾਲੀ ਤੌਰ 'ਤੇ ਉਨਿਸਾਇਤਾ ਨਹੀਂ ਸੀ ਤੇ ਉਨੀ ਜਾਣਕਾਰੀ ਵੀ ਨਹੀਂ ਸੀ ਇਸ ਕਰੀਏ ਮੇਰੀ ਮਾਤਾ ਹੁੰਦਾ ਵੱਡਾ ਸੁਖਨਾ ਹਾ ਜੇ ਮੁਲਕ ਦੀ ਨੁਮਾਇੰਦਗੀ ਕਰਨੀ ਚਾਹੀਦੀ ਤੇ ਭੀ ਮੁਲਕ ਲਈ ਤਗਮਾ ਵੀ ਜੀਤਣਾ ਚਾਹੀਦਾ ਤਾਂ ਮੈਂ ਉਹਦਾ ਸੁਖਨਾ ਪੂਰਾ ਕਰਨ ਲਈ ਬਚਪਨ ਥਮਾ ਖੇਡ-ਕੂਚ 'ਚ ਬੜੀ ਦਿਲਚਸਪੀ ਲੈਂਦੀ ਸੀ ਤੇ ਭੀ ਮੈਂ ਤਾਈਗਵਾਂਡੋ ਵੀ ਕੀਤਾ ਉਹਦੇ 'ਚ ਵੀ ਬਲੈਕ ਬੈਲਟ ਆ ਤੇ ਮੁੱਕੇਬਾਜ਼ੀ ਜੂਡੋ ਤੇ ਤਲਵਾਰਵਾਜੀ ਤੇ ਡਿਸਕਸ ਥਰੋਜ਼ ਲਈ ਬੜੀ ਸਾਰੀ ਖੇਡਾਂ ਖੇਡੀ ਹੈ ਫਿਰ ਮੈਂ 2015 ਚ ਨਿਸ਼ਾਨੇਬਾਜ਼ੀ ਚ ਆਈ ਗਈ ਪੀ ਦੋ ਤਿਹਰੇ ਬਰੇ ਮੈਂ ਬੜਾ ਸੰਘਰਸ਼ ਕੀਤਾ ਤੇ ਪਹਿਲੀ ਵਾਰੀ ਮੇਰਾ ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਮਲੇਸ਼ੀਆ ਸਿਲੈਕਸ਼ਨ ਹੋਈ ਗਿਆ ਤੇ ਉਹਦੇ ਚ ਮੇਰਾ ਬ੍ਰੌਂਜ਼ ਮੈਡਲ ਆਇਆ ਤਾਂ ਉਦਰਾ ਅਸਲ ਤੌਰ ਪਰ ਮਿਗੀ ਪੁਸ਼ ਮਿਲਿਆ ਫਿਰ ਮੇਰੇ ਸਕੂਲ ਨੇ ਮੇਰੇ ਲਈ ਇੱਕ ਸ਼ੂਟਿੰਗ ਰੇਂਜ ਬਣਵਾਈ ਫਿਰ ਮੈਂ ਉਧਰ ਸਿਖਲਾਈ ਲੈਂਦੀ ਹੀ ਤੇ ਵੀ ਉਹਨੇ ਮਿਗੀ ਪੂਨੇ ਭੇਜੀ ਦਿੱਤਾ ਸਿਖਲਾਈ ਹਾਸਲ ਕਰਨ ਲਈ ਤਾਂ ਇਥੇ ਗगन ਨਰੰਗ ਸਪੋਰਟਸ ਫਾਊਂਡੇਸ਼ਨ ਹੈ गन फॉर ग्लोरी एट सिखलाई हासिल करे कर गगन सर ने मिगी बड़ा समर्थन देता है तो मेरी खेढ़ बढ़ावा देता अच्छा तुम चाहे मिगी किश आखना चाहते हो तो मैं सुनना चाह प्रगति होमलान हो प्रियंका हो अभिधन्या तो सब मेरे कने जुड़े देख आखना चाहते हो के सुनगा सर, मेरा एक सवाल है तक बढ़िया खेड केड़ी लगती है ਖੇਡ ਦੀ ਦੁਨੀਆ 'ਚ ਭਾਰਤ 'ਕੀ ਬੜਾ ਖਿਰਨਾ ਚਾਹੀਦਾ ਤੇ ਇਸ ਕਰੀਏ ਮੈਂ ਇਹਨਾਂ ਚੀਜ਼ਾਂ ਕੀ ਬੜਾ ਬੜਾਵਾਦਿਆ ਕਰਨਾ ਪਰ ਆ ਕੀ ਫੁੱਟਬਾਲ ਕਬੱਡੀ ਖੋਖੋ ਇਹ ਸਾੜੀ ਤਰ ਤੱਕ ਨੇ ਜੁੜੇ ਦੇ ਖੇਡਣ ਇਹ ਦੀ ਤਾਂ ਸਿੰਗੀ ਕਦੇ ਪਿੱਛੇ ਨਹੀਂ ਰੋਣਾ ਚਾਹੀਦਾ ਤੇ ਮੈਂ ਦਿਖਾ ਕਰਨਾ ਜੇ ਤੀਰ ਅੰਦਾਜ਼ੀ 'ਚ ਸਾੜੇ ਲੋਕ ਖਰੀਕਾਰ ਕਰਦੀ ਦੀ ਦੱਸਾ ਕਰ ਦੇਣ ਨਿਸ਼ਾਨੇਬਾਜ਼ੀ 'ਚ ਖਰਾ ਕਰਾ ਕਰ ਦੇਣ ਤੇ ਦੂਆ ਮੈਂ ਦਿਖਾ ਕਰਨਾ ਜੇ ਸਾੜੇ ਨੌਜਵਾਨੇ 'ਚ ਤੇ ਇੱਥੇ ਥੋੜੀ ਜੇ ਪਰਿਵਾਰੇ 'ਚ ਵੀ ਖੇਡ ਦੇ ਪ੍ਰਤੀ ਪਹਿਲੇ ਜਿਹੜੀ ਭਾਵਨਾ ਸੀ ਉਹ ਨਹੀਂ ਹੈ ਪਹਿਲੇ ਤੇ ਬੱਚਾ ਖੇਡਣ ਜਾਂਦਾ ਹ ਤਾਂ ਰੋਕਦੇ ਤੇ ਹੁਣ ਬੜਾ ਵੱਡਾ ਵਕਤ ਬਦਲਿਆ ਹੈ ਤੇ ਤੁਸੀਂ ਲੋਕ ਜਿਹੜੀ ਕਾਮਯਾਬੀ ਹਾਸਲ ਕਰਦੇ ਆਵਾ ਕਰਦੇ ਹੋ ਨਾ ਉਹ ਸਭ ਨੇ ਪਰਵਾਰਾਂ ਗੀ ਪ੍ਰੇਰਿਤ ਕਰਦੀ ਹੈ ਹਰ ਖੇਡ ਚ ਜਿੱਥੇ ਵੀ سارے ਬੱਚੇ ਜਾ ਕਰਦੇ ਨੇ ਕਿਸ ਨਾ ਕਿਸ ਮੁਲਖ ਲਈ ਕਰੀਆ ਹੁੰਦੇ ਨੇ ਤੇ ਇਹ ਖਬਰਾਂ ਅੱਜ ਮੁਲਖਾਂ ਚ ਪ੍ਰਮੁਖਤਾ ਕਰਨੇ ਦੱਸੀਆਂ ਵੀ ਜਾਂਦੀਆਂ ਨੇ ਸੁਨਾਈਆਂ ਵੀ ਜਾਂਦੀਆਂ ਤੇ ਸਕੂਲ ਕਾਲਜ ਚ ਚਰਚਾ ਵੀ ਰਹਿੰਦੀ ਹੈ ਚਲੋ ਮੀਗੀ ਬੜਾ ਖਾਰਾ ਲੱਗਾ ਮੇਰੀ ਤਰਫਾ ਤੁਸੇ ਸਭਨੇ ਕੀ ਮਤੀ ਮਤੀ ਬਧਾਈ ਮਤੀਆਂ ਮਤੀਆਂ ਸ਼ੁਭ ਕਾਮਨਾ ਮਤਾ ਮਤਾ ਧੰਨਵਾਦ ਤੁਹਾਨੂੰ ਰਵਾਸਰ ਤੁਹਾਨੂੰ ਧੰਨਵਾਦ ਧੰਨਵਾਦ ਜੀ ਨਮਸਕਾਰ ਮੇਰੇ ਪਰਿਵਾਰ ਜਨੋ ਇਸ ਵਾਰੀ 15 ਅਗਸਤ ਦੇ ਦੌਰਾਨ ਮੁਲਖਾ ਨੇ ਸਭ ਦਾ ਪ੍ਰਯਾਸ ਦਾ ਸਮਰਥ ਦਿਖਿਆ ਸਭ ਨੇ ਦੇਸ਼ ਵਾਸੀਆਂ ਦੇ ਪ੍ਰਯਾਸ ਨੇ ਹਰ ਘਰ ਤਿਰੰਗਾ ਅਭਿਆਨ ਦੀ ਸੱਚੇ ਗਏ ਹਰ ਮੰਨ ਤਿਰੰਗਾ ਅਭਿਆਨ ਬਣਾ ਦਿੱਤਾ ਇਸ ਅਭਿਆਨ ਦੇ ਦੌਰਾਨ ਕਈ ਰਿਕਾਰਡ ਵੀ ਬਣੇ ਦੇਸ਼ ਵਾਸੀਏ ਕਰੋੜੇ ਦੀ ਤਦਾਦ ਚ ਤਿਰੰਗੇ ਖਰੀਦੇ 1.5 ਲੱਖ ਪੋਸਟ ਆਫਿਸੇ ਜਰੀਏ ਕਰੀਬ 1.5 ਕਰੋੜ ਤਿਰੰਗੇ ਵੇਚੇ ਗਏ ਇਹਦੇ ਕੰਨੇ ਸਾੜੇ ਕਾਮਗਾਰੀਂਗੀ ਬੁਣਕਰੇਗੀ ਤੇ ਖਾਸ ਕਰੀਏ ਜਨਾਨੀਏਗੀ ਸੈਂਕੜੇ ਕਰੋੜੇ ਰੁਪਏ ਦੀ ਆਮਦਨੀ ਵੀ ਹੋਈ ਹੈ ਤਿਰੰਗੇ ਕੰਨੇ ਸੈਲਫੀ ਪੋਸਟ ਕਰਨੇ ਚ ਵੀ ਇਸ ਵਾਰੀ ਦੇਸ਼ ਵਾਸੀਏ ਨਵਾਂ ਰਿਕਾਰਡ ਬਣਾਈ ਦਿੱਤਾ ਪਿਛਲੇ ਬਰੇ 15 ਅਗਸਤ ਤੋੜੀ ਕਰੀਬ 5 ਕਰੋੜ ਦੇਸ਼ ਵਾਸੀਏ ਤਿਰੰਗੇ ਦੇ ਕੰਨੇ ਸੈਲਫੀ ਪੋਸਟ ਕੀਤੀ ਸੀ ਇਸ ਬਰੇ ਇਹ ਤਦਾਦ 10 ਕਰੋੜ ਦੀ ਵੀ ਪਾਰ ਕਰੀ ਗਈ ਹੈ ਸਾਥੀਓ ਇਸ ਲੈ ਮੁਲਖਾ ਚ ਮੇਰੀ ਮਾਟੀ ਮੇਰਾ ਦੇਸ਼ ਦੇਸ਼ ਭਗਤੀ ਦੀ ਭਾਵਨਾ ਦੀ ਉਜਾਗਰ ਕਰਨ ਵਾਲਾ ਅਭਿਆਨ ਜੋਰੇ ਪਰ ਹੈ ਸਤੰਬਰ ਦੇ ਮਹੀਨੇ 'ਚ ਮੁਲਖਾ ਦੇ ਗ੍ਰਾਂਗ੍ਰਾਂਚ ਹਰ ਘਰ ਆ ਥਮਾ ਮਿੱਟੀ ਇਕੱਠੀ ਕਰਨੇ ਦਾ ਅਭਿਆਨ ਚਲਗ ਮੁਲਖਾ ਦੀ ਪਵਿੱਤਰ ਮਿੱਟੀ ਹਜ਼ਾਰੇ ਅੰਮ੍ਰਿਤ ਕਲਸ਼ੇ 'ਚ ਜਮਾ ਕੀਤੀ ਜਾਗ ਅਕਤੂਬਰ ਮੁਕਤੇ ਮੁਕਦੇ ਹਜ਼ਾਰਾਂ ਅੰਮ੍ਰਿਤ ਕਲਸ਼ ਯਾਤਰਾ ਕਰਨੇ ਦੇਸ਼ਾਂ ਦੀ ਰਾਜਧਾਨੀ ਦਿੱਲੀ ਪਹੁੰਚਣ ਇਸ ਮਿੱਟੀ ਕਨੇਗਾ ਦਿੱਲੀ 'ਚ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਹੋਗ ਮੇਗੀ ਵਿਸ਼ਵਾਸ ਹੈ ਹਰ ਦੇਸ਼ ਵਾਸੀ ਦਾ ਪ੍ਰਯਾਸ ਇਸ ਅਭਿਆਨ ਦੀ ਵੀ ਸਫਲਤਾਗ ਮੇਰੇ ਪਰਿਵਾਰ ਜਨੋ ਇਸ ਵਾਰੀ ਮਿਗੀ ਕਈ ਚਿੱਠੀਆਂ ਸੰਸਕ੍ਰਿਤ ਭਾਸ਼ਾ ਚ ਥੋਈਆਂ ਨੇ ਇਹਦੀ ਵਜ੍ਹਾ ਹੈ ਜੇ 100 ਮਹੀਨੇ ਦੀ ਪੁੰਨਿਆ ਇਸ ਤਿਥ ਕੀ ਵਿਸ਼ਵ ਸੰਸਕ੍ਰਿਤ ਦਿਵਸ ਮਨਾਇਆ ਜਾਂਦਾ ਹੈ ਸਰਵੇਭਿਅ ਵਿਸ਼ਵ ਸੰਸਕ੍ਰਿਤ ਦਿਵਸਯ ਹਾਰਦਯ ਸੁਭ ਕਾਮਨਾ ਤੁਸ ਸਭਨੇ ਕੀ ਵਿਸ਼ਵ ਸੰਸਕ੍ਰਿਤ ਦਿਵਸ ਦੀ ਮਤੀ ਮਤੀ ਬਧਾਈ ਆ ਸਾਰੇ ਜਾਣਿਆ ਜੇ ਸੰਸਕ੍ਰਿਤ ਦੁਨੀਆ ਦੀ ਸਭਨੇ ਸ਼ਾ ਪ੍ਰਾਚੀਨ ਭਾਸ਼ਾ ਹੈ ਚ ਇੱਕ ਹੈ ਇਸੀ ਕਈ ਆਧੁਨਿਕ ਪਾਸ਼ਾਏ ਦੀ ਜਨਨੀ ਵੀ ਗਲਾਇ ਜਾਂਦਾ ਹੈ ਸੰਸਕ੍ਰਿਤ ਆਪਣੀ ਪ੍ਰਾਚੀਨਤਾ ਦੇ ਕੰਨੇ ਕੰਨਾ ਆਪਣੀ ਵਿਗਿਆਨਿਕਤਾ ਦੇ ਵਿਆਕਰਨਾਸਤੇ ਵੀ ਜਾਣੀ ਜਾਂਦੀ ਹੈ ਭਾਰਤ ਦਾ ਕਿੰਨਾ ਗਿਆ ਪ੍ਰਾਚੀਨ ਗਿਆਨ ਅਜ਼ਾਰੇ ਭਰੇ ਤੋੜੀ ਸੰਸਕ੍ਰਿਤ ਪਾਸ਼ਾ ਚ ਗਿਆ ਸੁਰੱਖਿਤ ਕੀਤਾ ਗਿਆ ਹੈ ਯੋਗ ਆਯੁਰਵੇਦ ਤੇ ਫਿਲਾਸਫੀ ਜਨੇ ਵਿਸ਼ੇ ਪਰ ਰਿਸਰਚ ਕਰਨ ਵਾਲੇ ਲੋਕ ਨੂੰ ਮਤੀ ਕੋਲਾ ਮਤੀ ਸੰਸਕ੍ਰਿਤ ਸਿੱਖਾ ਕਰਦੇ ਨੇ ਕਈ ਸੰਸਥਾਨ ਵੀ ਇਸ ਪੇਠਾ ਬੜਾ ਸ਼ੈਲ ਕਮਕਰਾ ਕਰਦੇ ਨੇ ਜਿੰਨਾਂ ਕੇ ਸੰਸਕ੍ਰਿਤ ਪ੍ਰਮੋਸ਼ਨ ਫਾਊਂਡੇਸ਼ਨ ਸੰਸਕ੍ਰਿਤ ਫਾਰ ਯੋਗ ਸੰਸਕ੍ਰਿਤ ਫਾਰ ਆਯੁਰਵੇਦਾ ਤੇ ਸੰਸਕ੍ਰਿਤ ਫਾਰ ਬੁੱਧਿਜ਼ਮ ਜਨੇ ਕਈ ਕੋਰਸਸ ਕਰਾਂਦਾ ਹੈ ਸੰਸਕ੍ਰਿਤ ਭਾਰਤੀ ਲੋਕਾਂਗੇ ਸੰਸਕ੍ਰਿਤ ਸਿਖਾਣੇ ਦਾ ਅਭਿਆਨ ਚਲਾਉਂਦੀ ਹੈ ਇਹਦੇ ਚ ਤੁਸੀਂ 10 ਦਿਨ ਦੇ ਸੰਸਕ੍ਰਿਤ ਸੰਭਾਸ਼ਨ ਸ਼ਿਵਰ ਚ ਇਸ ਹਾਲੇ ਸਕਦੇ ਹੋ ਮੇਗੀ ਖੁਸ਼ੀ ਹੈ ਜੀ ਅੱਜ ਲੋਕਾਂ ਚ ਸੰਸਕ੍ਰਿਤ ਕੀ ਲਈ ਹੈ ਜਾਗਰੂਕਤਾ ਤੇ ਮਾਨ ਦੀ ਭਾਵਨਾ ਵਧੀ ਹੈ ਇਹਦੇ ਪਿੱਛੇ ਹੈ ਜੰਦੇ ਬਰੇਜ ਮੁਲਖਾ ਦਾ ਵਿਸ਼ੇਸ਼ ਯੋਗਦਾਨ ਵੀ ਹੈ ਜੀਆਂ ਤ੍ਰੈ ਸੰਸਕ੍ਰਿਤ ਡੀਮਡ ਯੂਨੀਵਰਸਿਟੀਆਂ ਦੀ 2020 ਵਿੱਚ ਸੈਂਟਰਲ ਯੂਨੀਵਰਸਿਟੀਆਂ ਬਣਾਇਆ ਗਿਆ ਬਖ ਬਖ ਸ਼ਹਿਰੇ ਚ ਸੰਸਕ੍ਰਿਤ ਵਿਸ਼ਵਵਿਦਿਆਲੇ ਦੇ ਕਈ ਕਾਲਜ ਤੇ ਸੰਸਥਾਨ ਵੀ ਚਲਾ ਕਰਦੇ ਨੇ ਆਈਆਈਟੀਸ ਤੇ ਆਈਆਈਐਮਸ ਜਿਨੇ ਸਥਾਨੇ ਚ ਸੰਸਕ੍ਰਿਤ ਕੇਂਦਰ ਕਾਫੀ ਪਪੂਲਰ ਹੋਆ ਕਰਦੇ ਨੇ ਸਾਥੀਓ ਅਕਸਰ ਤੁਸੀਂ ਇੱਕ ਗੱਲ ਜ਼ਰੂਰ ਮਹਿਸੂਸ ਕੀਤੀ ਹੋਊਗਾ ਜੜੇ ਕਨ ਜੁੜਨੇ ਦੀ ਸਾਡੀ ਸਾਂਸਕ੍ਰਿਤੀ ਕਨ ਜੁੜਨੇ ਦੀ ਸਾਡੀ ਪਰੰਪਰਾ ਦਾ ਬੜਾ ਵੱਡਾ ਸਸ਼ਕਤ ਮਾਧਿਮ ਹੁੰਦੀ ਹੈ ਸਾਡੀ ਮਾਤਰ ਭਾਸ਼ਾ ਜਿਸ ਲੇ ਅਸ ਆਪਣੀ ਮਾਤਰ ਭਾਸ਼ਾ ਕਨ ਜੁੜਨੇ ਆ ਤਾਂ ਅਸ ਆਸਾਨੀ ਕਨ ਆਪਣੀ ਸੰਸਕ੍ਰਿਤੀ ਕਨ ਜੁੜੀ ਜਨੇ ਆ ਆਪਣੇ ਸੰਸਕਾਰੇ ਕਨ ਜੁੜੀ ਜਨੇ ਆ ਆਪਣੀ ਪਰੰਪਰਾ ਕਨ ਜੁੜੀ ਜਨੇ ਆ ਆਪਣੇ ਚਿਰ ਪੁਰਾਤਨ ਭਵਯ ਵਿਵਹਵ ਕਨ ਜੁੜੀ ਜਨੇ ਆ ਇੰਗਾ ਵਾੜਾ ਦੀ ਇੱਕ ਹੋਰ ਮਾਤਰ ਭਾਸ਼ਾ ਹੈ ਗੌਰਵਸ਼ਾਲੀ ਤੇਲਗੂ ਭਾਸ਼ਾ 29 ਅਗਸਤ ਕੀ ਤੇਲਗੂ ਦਿਵਸ ਮਨਾਇਆ ਜਾਗ ਅੰਦਰ ਕੀ ਤੇਲਗੂ ਭਾਸ਼ਾ ਦਿਨੋਤਸਵ ਸ਼ੁਭ ਕਾਂਖਸ਼ਲੂ ਤੁਸ ਸਭਨੇ ਕੀ ਤੇਲਗੂ ਦਿਵਸ ਦੀ ਮਤੀ ਮਤੀ ਬਧਾਈ ਤੇਲਗੂ ਭਾਸ਼ਾ ਦੇ ਸਾਹਿਤ ਤੇ ਵਿਰਾਸਤ ਚ ਭਾਰਤੀ ਸੰਸਕ੍ਰਿਤੀ ਦੇ ਕਈ ਅਨਮੋਲ ਰਤਨ ਛਪੇ ਦਿਨ ਤੇਲਗੂ ਦੀ ਇਸ ਵਿਰਾਸਤ ਦਾ ਫਾਇਦਾ ਪੂਰੇ ਮੁਲਖ ਹੈ ਗਿਥੋ ਹੈ ਇਹੀ ਹਸਤਾ ਹੈ ਕਈ ਕੋਸ਼ਾ ਵੀ ਕੀਤੀ ਜਾ ਕਰਤੀਆਂ ਮੇਰੇ ਪਰਿਵਾਰ ਚੋਂ ਮਨ ਕੀ ਬਾਤ ਦੇ ਕਈ ਐਪੀਸੋਡਸ ਚ ਅਸੀਂ ਟੂਰਿਜ਼ਮ ਉਪਰ ਗੱਲ ਕੀਤੀ ਹੈ ਚੀਜ਼ੇ ਵਸਤਾਂ ਜਾਂ ਜਗ੍ਹਾں ਕੀ ਸਾਖਸ਼ਾਤ ਆਪ ਨੂੰ ਦਿਖਣਾ ਸਮਝਣਾ ਤੇ ਕਿਸ ਖਿੰਣ ਉਹਨੇ ਕੀ ਜੀਣਾ ਇੱਕ ਬਖਗ ਅਹਿਸਾਸ ਹੁੰਦਾ ਕੋਈ ਸਮੁੰਦਰ ਦਾ ਕਿੰਨਾ ਕਿ ਬਰਨਨ ਕਰੀ ਦਿਹਾ ਪਰ ਅਸ ਸਮੁੰਦਰ ਕੀ ਦਿਖੇ ਬਗੈਰ ਉਹਦੀ ਵਿਸ਼ਾਲਤਾ ਮਹਿਸੂਸ ਨਹੀਂ ਕਰੀ ਸਕਤੇ ਕੋਈ ਇਮਾਲੇ ਦਾ ਕਿੰਨਾ ਗੱਭਖਾਨ ਕਰਾ ਪਰ ਅਸ ਇਮਾਲੇ ਦੀ ਦਿੱਖੇ ਬਿਗੈਰ ਉਹਦੀ ਸੁੰਦਰਤਾ ਦਾ ਹਿਸਾਬ ਨਹੀਂ ਲਾਈ ਸਕਦੇ ਇਸ ਕਰੀ ਗਏ ਮੈਂ ਅਕਸਰ ਤੋਂ ਸਬਨੇਗੀ ਇਹ ਗਲਾਨਾ ਜੇ ਜਦੋਂ ਮੌਕਾ ਥੋ ਹੈ ਅਸੇਗੀ ਆਪਣੇ ਮਲਕਾ ਦੀ ਬਿਊਟੀ ਆਪਣੇ ਮਲਕਾ ਦੀ ਡਾਈਵਰਸਿਟੀ ਉਸੇ ਜ਼ਰੂਰ ਦਿਖਣ ਜਾਣਾ ਚਾਹੀਦਾ ਅਕਸਰ ਅਸ ਇੱਕ ਹੋਰ ਗੱਲ ਵੀ ਦਿਖਣਿਆ ਅਸ ਪਾਏ ਦੁਨੀਆ ਦਾ ਕੋਨਾ ਕੋਨਾ ਤਲੋ ਫਿਲਾਚਾ ਪਰ ਆਪਣੇ ਗਏ ਸ਼ਹਿਰ ਜਾਂ ਰਾਜੇ ਦੀ ਕਈ ਬਿਹਤਰੀਨ ਥਾਰੇ ਤੇ ਚੀਜ਼ੇ ਬਸਤੇ ਕੋਲਾ ਅਣਜਾਨ ਹੁੰਦੇ ਆ ਕਈ ਵਾਰੀ ਇੰਜ ਹੁੰਦਾ ਹੈ ਜੇ ਲੋਕ ਆਪਣੇ ਸ਼ਹਿਰ ਦੇ ਗਏ ਇਤਿਹਾਸਿਕ ਥਾਰੇ ਬਾਰੇ ਮਤਾ ਨਹੀਂ ਜਾਣਦੇ ਨਿਆਗ ਕਿਸ਼ ధਨਪਾਲ ਜੀ ਕਨੇਵਾ ధਨਪਾਲ ਜੀ ਬੰਗਲੁਰੂ ਦੇ ਟਰਾਂਸਪੋਰਟ ਆਫਿਸ ਚ ਡਰਾਈਵਰ ਦਾ ਕੰਮ ਕਰਦੇ ਹੇ ਕਰੀਬ 17 ਬਰੇ ਪਹਿਲੇ ਉਹਨੇਗੀ ਸਾਈਟ ਸੀਇੰਗ ਵਿੰਗ ਚ ਜ਼ਿੰਮੇਦਾਰਿਤ ਹੋਈ ਹੀ ਉਨਿਸੀ ਲੋਕ ਬੰਗਲੁਰੂ ਦਰਸ਼ਨੀ ਦੇ ਨਾਂ ਕਨੇ ਜਾਣਦੇ ਧਨਪਾਲ ਜੀ ਸੈਲਾਨੀ ਗੀ ਸ਼ਹਿਰ ਦੇ ਬਖ-ਬਖ ਪ੍ਰੇਟਨ ਥਾਰੇ ਪਰ ਲਈਏ ਜਾ ਕਰਤੇ ਹੈ ਨਹੀਂ ਗਏ ਕਿ ਟ੍ਰਿਪ ਪਰ ਕੁਸਾ ਟੂਰਿਸਟ ਨੇ ਉਹਨੇ ਕੀ ਪੁੱਛੀ ਲੈਤਾ ਬੈਂਗਲੁਰੂ ਚ ਟੈਂਕ ਗੀ ਸੇਂਕੀ ਟੈਂਕ ਕੀ ਆਖਿਆ ਜਾਂਦਾ ਹੈ ਉਹਨੇ ਕੀ ਬੜਾ ਮਤਾ ਕੇ ਖਰਾਬ ਲੱਗਾ ਜੇ ਉਹਨੇ ਕੀ ਇਹਦਾ ਜਵਾਬ ਪਤਾ ਨਹੀਂ ਹਾਂ ਐਸੇ ਚ ਉਹਨੇ ਆਪਣੀ ਜਾਣਕਾਰੀ ਵਧਾਣੇ ਪਰ ਫੋਕਸ ਕੀਤਾ ਆਪਣੀ ਵਿਰਾਸਤ ਕੀ ਜਾਣਨੇ ਦੇ ਇਸ ਜਨੂਨ ਚ ਉਹਨੇ ਕੀ ਨੇਕਾ ਪੱਥਰ ਤੇ ਸ਼ਿਲਾ ਲੇਖ ਥੋਏ ਇਸ ਕੰਮਾਂ ਚ ਧਨਪਾਲ ਜੀ ਦਾ ਮਨ ਨਿਆ ਰੁਜਿਆ ਨਿਆ ਰੁਜਿਆ ਜੇ ਉਹਨੇ ਐਪੀਗ੍ਰਾਫੀ ਯਾਨੀ ਸ਼ਿਲਾ ਲੇਖੇ ਕਰਨੇ ਜੁੜੇ ਦੇ ਵਿਸ਼ੇ 'ਚ ਡਿਪਲੋਮਾ ਵੀ ਕਰ ਲਿਆਤਾ ਪਾਇਉ ਨੂੰ ਰਿਟਾਇਰ ਹੋ ਚੁਕੇ ਨੇ ਲੇਕਿਨ ਬੰਗਲੂਰੂ ਦੀ ਤਾਰੀਖਤ ਲੋਫਨੇ ਦਾ ਉਹਦਾ ਸ਼ੌਕ ਅਜੇ ਵੀ ਬਰਕਰਾਰ ਹੈ ਸਾਥੀਓ ਮਿਗੀ ਬ੍ਰਾਇਨ ਡੀ ਖਾਰਪਨ ਦੇ ਬਾਰੇ 'ਚ ਦੱਸਦੀ ਹੋਈ ਬੜੀ ਕਿ ਖੁਸ਼ੀ ਹੋਆ ਕਰਦੀ ਹੈ ਇਹ ਮੇਘਾਲੇ ਦੇ ਰੋਣੇ ਵਾਲੇ ਨੇ ਤੇ ਉੰਦੀ ਸਪੇਲਿਓਲੋਜੀ 'ਚ ਗਜ਼ਬ ਦੀ ਦਿਲਚਸਪੀ ਹੈ ਸਖੱਲੀ ਭਾਸ਼ਾ ਸ਼ਾਖਿਆ ਜਾ ਤਾਂ ਇਹਦਾ ਮਤਲਬ ਹੈ ਗੁਫਾਇਆਂ ਦੀ ਪੜ੍ਹਾਈ ਕਈ ਬਰੇ ਪਹਿਲਾਂ ਉੰਦੇ ਚ ਇਹ ਇੰਟਰਸਟ ਤਦੂ ਪੈਦਾ ਹੋਆ ਜਿਲ ਹੈ ਉਹਨੇ ਕਈ ਸਟੋਰੀ ਬੁਕਸ ਪੜ੍ਹੀਆਂ 1964 ਚ ਉਹਨੇ ਇੱਕ ਸਕੂਲੀ ਵਿਦਿਆਰਥੀ ਦੇ ਰੂਪ ਵਿੱਚ ਆਪਣਾ ਪਹਿਲਾ ਐਕਸਪਲੋਰੇਸ਼ਨ ਕੀਤਾ 1990 ਚ ਉਹਨੇ ਆਪਣੇ ਦੋਸਤ ਕਰਨ ਰਲੀ ਹੈ ਇੱਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਤੇ ਇਹਦੇ ਜ਼ਰੀਏ ਮੇਘਾਲੇ ਦੀ ਅਣਜਾਣ ਗੁਫਾਇਆਂ ਬਾਰੇ ਪਤਾ ਲਾਣਾ ਸ਼ੁਰੂ ਕੀਤਾ ਦਿਖਦੇ ਕੇ ਦਿਖਦੇ ਉਹਨੇ ਆਪਣੀ ਟੀਮ ਦੇ ਕੰਨਾਂ ਮੇਘਾਲੇ ਦੀ 1700 ਕੋਲਾ ਮਤਨੀ ਗੁਫਾਇਾਂ ਦੀ ਤਪਾਸ਼ ਕਰੇ ਲੈਤੀ ਤੇ ਰਿਆਸਤ ਗਈ ਵਰਲਡ ਕੇਵ ਮੈਪ ਉਪਰ ਆਣੀ ਦਿੱਤਾ ਭਾਰਤ ਦੀ ਸਭਨੇਸ਼ਾ ਲੰਮੀ ਤੇ ਡੂੰਗੀ ਗੁਫਾਇਾਂ ਚਾ ਕਿਸ਼ ਮੇਘਾਲੇ ਚ ਮੌਜੂਦ ਨ ਬ੍ਰਾਇਨ ਜੀ ਤੇ ਉਹਦੀ ਟੀਮ ਨੇ ਕੇਵ ਫੋਨਾ ਯਾਨੀ ਗੁਫਾਇਾਂ ਦੇ ਉਹਨੇ ਜੀਵ ਜੰਤੂਆਂ ਕੀ ਵੀ ਡਾਕੂਮੈਂਟ ਕੀਤਾ ਜਿਹੜੇ ਦੁਨੀਆ ਚ ਹੋਰ ਕੋਤਾਂ ਨਹੀਂ ਲੱਭਦੇ ਮੈਂ ਇਸ ਪੂਰੀ ਟੀਮ ਦੀ ਕੋਸ਼ਿਸ਼ਾਂ ਦੀ ਸਰਾਹਨਾ ਕਰਨਾ ਤੇ ਕੰਨੈਗਮੈਂਟ ਤੁਸੀ ਕਿ ਇਹ ਵੀ ਆਖੰਗ ਜੇ ਤੁਸ ਮੇਘਾਲੇ ਦੀ ਗੁਫਾਇਾਂ ਚ ਸੈਰ ਸਪਾਟੇ ਦਾ ਪਲਾਨ ਜ਼ਰੂਰ ਬਣਾਓ ਮੇਰੇ ਪਰਿਵਾਰ ਜਨੋ ਤੋ ਸਾਰੇ ਜਾਣਦੇ ਹੋ ਜੇ ਡੇਰੀ ਸੈਕਟਰ ਸਾਡੇ ਮੁਲਕਾ ਦੇ ਸਭਨੇਸ਼ਾ ਇੰਪੋਰਟੈਂਟ ਸੈਕਟਰ ਵਿੱਚ ਇੱਕ ਹੈ ਸਾਡੀ ਮਾਤਾਏ ਪੈਣ ਦੀ ਜ਼ਿੰਦਗੀ ਚ ਬੜਾ ਮਤਾ ਬਦਲਾਵ ਆਉਣਨੇ ਚ ਤੇ ਇਹਦੀ ਬੜੀ ਐਮ ਭੂਮਿਕਾ ਰਹੀ ਹੈ ਕਿਸ਼ਕ ਦਿਨ ਪਹਿਲੇ ਮੇਗੇ ਗੁਜਰਾਤ ਦੀ ਬਨਾਸ ਡੇਰੀ ਦੇ ਇੱਕ ਇੰਟਰਸਟਿੰਗ ਇਨੀਸ਼ੀਏਟਿਵ ਬਾਰੇ ਜਾਣਕਾਰੀ ਥੋਈ ਬਨਾਸ ਡੇਰੀ ਏਸ਼ੀਆ ਦੀ ਸਭਨੇਸ਼ਾ ਵੱਡੀ ਡੇਰੀ ਮੰਨੀ ਜਾਂਦੀ ਹੈ ਇੱਥੇ ਹਰ ਰੋਜ਼ ਔਸਤਨ 75 ਲੱਖ ਲੀਟਰ ਦੁੱਧ ਪ੍ਰੋਸੈਸ ਕੀਤਾ ਜਾਂਦਾ ਹੈ ਇਹਦੇ ਪ੍ਰੰਤ ਇਸੇ ਦੁੱਗੇ ਰਾਜੇ ਚ ਵੀ ਪਹੁੰਚਿਆ ਜਾਂਦਾ ਹੈ ਦੁੱਗੇ ਰਾਜੇ ਚ ਇੱਥੇ ਦੇ ਦੁੱਧੇ ਦੀ ਬੇਲ ਸਿਰ ਡਿਲੀਵਰੀ ਹੁੰਦਾ ਹੈ ਇਹਦੇ ਵਾਸਤੇ ਅਜੇ ਥੋੜੀ ਟੈਂਕਰ ਜਾਂ ਫਿਰ ਮਿਲਕ ਟ੍ਰੇਨਸ ਦਾ ਸਾਰਾ ਲੈਤਾ ਜਾਂਦਾ ਹੈ ਪਰ ਇਹਦੇ 'ਚ ਵੀ ਚੁਣੌਤੀਆਂ ਘੱਟ ਨਹੀਂ ਆ ਇੱਕ ਤੇ ਇਹ ਜੇ ਲੋਡਿੰਗ ਤੇ ਅਨਲੋਡਿੰਗ 'ਚ ਵਕਤ ਬੜਾ ਲੱਗਦਾ ਹ ਤੇ ਫਿਰ ਕਈ ਵਾਰੀ ਇਹਦੇ 'ਚ ਦੁੱਧ ਖਰਾਬ ਵੀ ਹੋ ਜਾਂਦਾ ਹ ਇਸ ਸਮੱਸਿਆ 'ਕੀ ਦੂਰ ਕਰਨ ਯਸਤਾ ਹੈ ਭਾਰਤੀ ਰੇਲਵੇ ਨੇ ਇੱਕ ਨਵਾਂ ਪ੍ਰਯੋਗ ਕੀਤਾ ਰੇਲਵੇ ਨੇ ਪਾਲਨਪੁਰ ਥਮਾ ਨਿਊ ਰਿਵਾੜੀ ਤੱਕ ਟਰੱਕ ਔਨ ਟਰੈਕ ਦੀ ਸਹੂਲਤਾ ਸ਼ੁਰੂ ਕੀਤੀ ਇਹਦੇ 'ਚ ਦੁੱਧਾਂ ਦੇ ਟਰੱਕੇ ਗੀ ਸਿੱਧਾ ਟ੍ਰੇਨ ਪਰ ਚਾੜੀ ਦਿੱਤਾ ਜਾਂਦਾ ਹੈ ਯਾਨੀ ਟਰਾਂਸਪੋਰਟੇਸ਼ਨ ਦੀ ਬੜੀ ਵੱਡੀ ਦਿੱਕਤ ਇਹਦੇ ਕੰਨੇ ਦੂਰ ਹੋਈ ਹੈ ਟਰੱਕ ਔਨ ਟਰੈਕ ਸਹੂਲਤਾਂ ਦੇ ਨਤੀਜੇ ਬੜਾ ਸੰਦੋਖ ਦੇਣ ਵਾਲੇ ਰਹੇ ਨੇ ਪਹਿਲਾਂ ਜਿਸ ਦੁੱਧਾ ਕੀ ਪਜਾਣੇ ਚ ਤਰੀਕਾ ਲੱਗੀ ਜਾਂਦੇ ਸੀ ਉਹ ਹੁਣ ਅੱਧੇ ਕੋਲਾ ਵੀ ਅੱਧੇ ਟਾਈਮ ਚ ਪੂਜਾ ਕਰਦਾ ਹੈ ਇਹਦੇ ਕੰਨੇ ਜਿੱਥੇ ਡੀਜ਼ਲ ਕੰਨਾ ਉਹ ਵਾਲਾ ਪ੍ਰਦੂਸ਼ਣ ਰੁਕਿਆ ਹੈ ਉੱਥੇ ਕੇ ਡੀਜ਼ਲ ਦਾ ਖਰਚਾ ਵੀ ਬਚਾ ਕਰਦਾ ਹੈ ਇਹਦੇ ਕੰਨੇ ਬੜਾ ਮਤਾ ਫਾਇਦਾ ਟਰੱਕੇ ਦੇ ਡਰਾਈਵਰੇ ਕੀ ਵੀ ਉਹ ਹੈ ਉੰਦੀ ਜ਼ਿੰਦਗੀ ਸਖਲੀ ਹੋਈ ਹੈ ਸਾਥੀਓ ਕਲੈਕਟਿਵ ਐਫਰਟਸ ਕਰਨਾ ਹੈ ਅੱਜ ਸਾਡੀ ਡੇਰੀਜ਼ ਵੀ ਆਧੁਨਿਕ ਸੋਚ ਕਰਨਾ ਅੱਗੇ ਪਤਾ ਕਰਦੀਆਂ ਹਨ ਬਨਾਸ ਡੇਰੀ ਨੇ ਪਰਿਆਵਰਣ ਸੁਰੱਖਣ ਦੀ ਪੇਟਾ ਵੀ ਕਿਸ ਚਾਲੀ ਅੱਗੇ ਗਈ ਪੁੱਟੀਆਂ ਇਹਦਾ ਪਤਾ ਸੀਡ ਬਾਲ ਰੁੱਖ ਰੋਪਣ ਅਭਿਆਨ ਕਰਨਾ ਚੱਲਦਾ ਹੈ ਵਾਰਾਨਸੀ ਮਿਲਕ ਯੂਨੀਅਨ ਸਾਡੇ ਡੇਰੀ ਫਾਰਮਸ ਦੀ ਆਮਦਨੀ ਵਧਾਉਣ ਦੇ ਹੱਸਤੇ ਮੈਨਿਓਰ ਮੈਨੇਜਮੈਂਟ ਪਰ ਕੰਮ ਕਰਾ ਕਰਦੀ ਹੈ ਕੇਰਲਾ ਦੀ ਮਾਲਾਬਾਰ ਮਿਲਕ ਯੂਨੀਅਨ ਡੇਰੀ ਦੀ ਕੋਸ਼ਿਸ਼ ਵੀ ਬਿਹਤ ਅਨੂਠੀ ਹੈ ਇਹ ਪਸ਼ੂਆਂ ਦੀਆਂ ਬਿਮਾਰੀਆਂ ਦੇ ਇਲਾਜ ਹਸਤਾ ਆਯੁਰਵੈਦਿਕ ਮੈਡੀਸਿਨਸ ਦਾ ਵਿਕਾਸ ਕਰਨੇ ਚ ਲੱਗੀ ਦੀ ਹੈ ਸਾਥੀਓ ਅੱਜ ਨੇ ਬੜੇ ਹਰ ਲੋਗਨ ਜਿਹੜੇ ਡੇਰੀ ਕੀ ਅਪਣਾਈ ਹੈ ਇਸੀ ਡਾਈਵਰਸੀਫਾਈਕਰਾ ਕਰਦੇ ਨੇ Rajasthan ਦੇ ਕੋਟਾ ਚ ਡੇਰੀ ਫਾਰਮ ਚਲਾ ਕਰਦੇ ਅਮਨਪ੍ਰੀਤ ਸਿੰਘ ਦੇ ਬਾਰੇ ਵੀ ਤੁਸੀਂ ਕੀ ਜ਼ਰੂਰ ਜਾਣਨਾ ਚਾਹੀਦਾ ਉਹਨੇ ਡੇਰੀ ਤੇ ਕੰਨਾ ਬਾਇਓ ਗੈਸ ਪਰ ਵੀ ਫੋਕਸ ਕੀਤਾ ਤੇ ਦੋ ਬਾਇਓ ਗੈਸ ਪਲਾਂਟਸ ਲਾਏ ਇਹਦੇ ਕੰਨਾ ਬਿਜਲੀ ਪਰ ਹੋਣ ਵਾਲਾ ਉੰਦਾ ਖਰਚ ਕਰੀਬ 70% ਘਟੋਆ ਹੈ। ਇੰਦੀ ਇਹ ਕੋਸ਼ਿਸ਼ ਸਾਰੇ ਮੁਲਖਾ ਦੇ ਡੇਰੀ ਫਾਰਮਰਸ ਦੀ ਪ੍ਰੇਰਨਾ ਦੇਣ ਵਾਲੀ ਹੈ। ਅੱਜ ਕਈ ਵੱਡੀ ਡੇਰੀਜ਼ ਬਾਇਓ ਗੈਸ ਪਰ ਫੋਕਸ ਕਰਾ ਕਰ ਦੀਆਂ ਨੇ। ਇਸ ਚਾਲੀ ਦੇ ਕਮਿਊਨਿਟੀ ਡਰਾਈਵਨ ਵੈਲਿਊ ਐਡੀਸ਼ਨ ਬੜੇ ਉਤਸ਼ਾਹ ਵਧਾਣਿਆ ਲੈਣ ਮੇਗੀ ਵਿਸ਼ਵਾਸ ਹੈ ਜੇ ਸਾਰੇ ਮੁਲਖਾ ਚ ਇਸ ਚਾਲੀ ਦੇ ਟ੍ਰੈਂਡਸ ਨਿਰੰਤਰ ਜਾਰੀ ਰਹਿਉਂਗਣ। ਮੇਰੇ ਪਰਿਵਾਰ ਜਨੋ ਮਨ ਦੀ ਬਾਤ ਅੱਜ ਬਸ ਇੰਨਾ ਗਏ। ਉਹ ਤਿਆਰੇ ਦਾ ਮੌਸਮ ਵੀ ਆਈ ਗਿਆ ਹੈ। ਤੁਸੇ ਸਾਰੇ ਕੀ ਰੱਖਸ਼ਾ ਬੰਧਨ ਦੀ ਵੀ ਐਡਵਾਂਸ ਸ਼ੁਭ ਕਾਮਨਾ। ਪਰਵ ਉਲਾਸ ਦੇ ਬਿਲ ਹੈ ਅਸੇ ਕੀ ਵੋਕਲ ਫਾਰ ਲੋਕਲ ਦੇ ਮੰਤਰ ਕੀ ਵੀ ਚੇਤਾ ਰੱਖਣਾ ਹੈ। ਆਤਮ ਨਿਰਭਰ ਭਾਰਤ ਇਹ ਅਭਿਆਨ ਹਰ ਦੇਸ਼ ਵਾਸੀ ਦਾ ਆਪਣਾ ਅਭਿਆਨ ਹੈ। ਤੇ ਜੇ ਲੈ ਤਿਆਰ ਦਾ ਮੌਲ ਹੈ ਤਾਂ ਅਸੇ ਕੀ ਆਪਣੀ ਆਸਥਾ ਦੇ ਥਾਰੇ ਤੇ ਉੰਦੇ ਆਲੇ ਦੁਆਲੇ ਦੇ ਇਲਾਕੇ ਕੀ ਸਾਫ਼ ਸੁਥਰਾ ਤੇ ਰੱਖਣਾ ਗਾ ਹੈ। ਪਰ ਹਮੇਸ਼ਾ ਸਤ ਅਗਲੀ ਵਾਰੀ ਤੁੰਦੇ ਕਰਨੇ ਫੀ ਮਨ ਕੀ ਬਾਤ ਹੋਗ ਕਿਛ ਨਵੇਂ ਵਿਸ਼ੇ ਕਰਨੇ ਮਿਲਗੇ ਅਸਦੇਸ਼ ਵਾਸੀਆਂ ਦੇ ਕਿਛ ਨਵੀਂ ਕੋਸ਼ੇ ਦੀ ਉੰਦੀ ਸਫਲਤਾ ਦੀ ਮਨ ਭਰੀ ਚਰਚਾ ਕਰਗੇ ਤਦ ਤੋੜੀ ਮਿਗੀ ਇਜਾਜ਼ਤ ਦਿਓ ਮਤਾ ਮਤਾ ਧੰਨਵਾਦ ਨਮਸਕਾਰ